ਮੈਂ ਸਦਕੇ ਜਾਵਾਂ ਅਬੂ ਜੀ ਹਾਂ ਬੇਟਾ ਪਲੀਜ਼ ਬੈਠੇ ਕੀ ਅਬੂ ਲੱਗ ਰਹੇ ਹੋ ਯਕੀਨ ਆ ਜੇ ਤੇ ਤੂੰ ਆਪਣੀ ਮਾਂ ਵੇਖੇਗਾ ਤੇ ਹੈਰਾਨ ਹੋ ਜਾਏਗਾ ਕਿਉਂ ਜੀ ਅੰਦਰ 8-9 ਬੰਦੇ ਤੇਰੀ ਮਾਂ ਤਿਆਰ ਕਰਨ ਦੇ ਨੇ ਮੀ ਇੱਕ ਭੇਜਦੇਗਾ ਜੇ 8-9 ਬੰਦੇ ਤਿਆਰ ਬੇਟਾ ਤੂੰ ਨੋ ਪਾਲਿਸ਼ ਲਾ ਰਿਹਾ ਤੂੰ ਸੁਰਖੀ ਲਾ ਰਿਹਾ ਤੇਰੀ ਮਾਂ ਦਾ ਮੂੰਹ ਛੋਟਾ ਕੋਈ ਨਹੀਂ ਵੱਡਾ 8-9 ਮਜ਼ਦੂਰ ਤੇ ਪੌੜੀ ਲਾ ਕੇ ਉਹਦੇ ਮੂੰਹ ਤੇ ਪੇਟ ਕਰਨ ਦੇ ਨੇ ਆਪਣੀ ਮਾਂ ਨੂੰ ਸਾਥ ਅਫਰਾ ਮੰਮਾ ਮਾਮਾ ਜੀ ਰਿਆ ਆ ਗਿਆ ਤੈਨੂੰ ਕਿਹਾ ਸਾਦੀ ਔਰਤ ਬਣ ਗਿਆ ਬੰਬਾ ਔਰਤ ਬਣ ਕੇ ਆ ਗਈ ਸਹੀ ਤਰ੍ਹਾਂ ਤਿਆਰ ਚ ਮੈਂ ਕਰਨੀ ਜਾਂਦੀ ਇਹ ਕੀ ਹਰਕਤ ਹੈ ਕੀ ਹੋਇਆ ਪੁੱਤਰ ਜੀ ਪੁੱਠੇ ਕੱਪੜੇ ਪਾ ਆਇਆ ਅੰਦਰ ਵਾਲੀ ਜਗ੍ਹਾ ਬਾਹਰ ਤਾਰ ਆਇਆ ਬਾਹਰ ਵਾਲੀ ਅੰਦਰ ਤਾਰ ਆਇਆ ਚਵਲ ਦੇ ਬੱਚੇ ਜਲਦੀ ਤਿਆਰ ਹੋਈਆਂ ਇਸ ਲਈ ਬਹੁਤ ਤਿਆਰ ਹੋ ਗਈ ਤੂੰ ਜ਼ਿਆਦਾ ਤਿਆਰ ਹੋ ਗਈ ਬੱਚੀਆਂ ਕਿੱਥੇ ਨੇ ਬੱਚੀ ਆ ਕੇ ਵੇਖੇ ਕਿਉਂ ਕਿ ਤੁਹਾਡੀ ਦਿਮਾਗ ਹੀ ਤਿਆਰ ਹੈ ਆਪਣਾ ਸ਼ੌਕੀ ਓਏ ਸ਼ੌਕੀ ਓਏ ਕੀ ਭਾਈ ਜਾਣ ਮਰੇ ਇਧਰੋਂ ਆ ਗਿਆ ਗੁਲਾਬੀ ਚਵਲ ਦਿਆ ਬੱਚਿਆ ਬਕਵਾਸ ਕੀਤੀ ਮੈਂ ਸਹਿ ਕਰਦੀ ਬੱਚੇ ਚੱਲ ਚੱਲ ਆਪਣਾ ਕੰਮ ਕਰ ਤੂੰ ਆਪਣਾ ਕੰਮ ਕਰ ਠੀਕ ਕੋਈ ਮਸਲਾ ਪਾਇਆ ਮੈਂ ਸਾਰੀ ਅੰਮੀ ਕੱਢ ਕੇ ਇੱਥੇ ਰੱਖ ਦੇਣੀ ਹੈ ਉਧਰ ਧਿਆਨ ਦੇ ਬੱਚੀ ਆਈ ਏ ਕੱਢ ਲੈ ਇੱਧਰ ਲੱਗੀ ਆਪਣਾ ਟਾਈਮ ਵੇਸਟ ਮੈਂ ਜੀ ਬੇਟਾ ਤਾਰਫ ਕਰਾ ਦੇ ਤੈਨੂੰ ਇਹ ਮੇਰੇ ਖਾਵਨ ਮਰਹੂਮ ਹੈ ਮਜ਼ਲੂਮ ਹਾਂ ਮੈਂ ਦਾ ਖਾਵਨ ਮਜ਼ਲੂਮ ਆ ਇਹ ਮੇਰੀ ਸੋਚਾ ਮਾਜਦਾ ਹਾਂ ਆਗਾ ਮਾਜਦਾ ਦੀ ਛੋਟੀ ਹਾਂਜੀ ਇਹ ਬੇਟਾ ਤਸ਼ਰੀਫ ਇੱਕ ਹੈਵ ਅ ਸੀਟ ਪਲੀਜ਼ ਬੈਠੋ ਹਾਂਜੀ ਸਾਦਾ ਕੱਲੀ ਕੁਰਸੀ ਹੈ ਸਾਦਾ ਬੈਠਣਾ ਸਾਦਾ ਆ ਤੋਂ ਬਗੈਰ ਨਹੀਂ ਹਟੇਗੀ ਝੂਠ ਬੋਲਣ ਦੀ ਮੈਨੂੰ ਲੱਗਦਾ ਕਿ ਮੈਂ ਤਾਂ ਨਹੀਂ ਕੋਈ ਚੀਜ਼ ਭੁੱਲ ਗਈ ਬੇਟਾ ਚੈੱਕ ਕਰ ਤਾ ਰਾਤ ਨੂੰ 10 ਵਜੇ ਵੇਖ ਤੇ ਰਾਤ ਨੂੰ ਅੰਮੀ ਤੇਰਾ ਮੇਰਾ ਮੈਚਾ ਇੱਕੋ ਜਿਹਾ ਹੀ ਆਈ ਚਲੋ ਮੇਰੇ ਪੈਦੇ ਨੂੰ ਹਲਵਾ ਨਹੀਂ ਕੁਝ ਬੈ ਬੇਟਾ ਓਕੇ ਓਕੇ ਬੈਠ ਕੇ ਸਾਗ ਉੱਠ ਕੇ ਬਹਿ ਜਾਂਦਾ ਸਾਗ ਉੱਠ ਕੇ ਸਿਲਸਿਲਾ ਸ਼ੁਰੂ ਕਰੇ ਔਰ ਸਵਾਲੋ ਕੇ ਸਿਲਸਿਲੇ ਕੇ ਬਾਅਦ ਫਿਰ ਆਪਕੋ ਯੇ ਮਿਲਨੇ ਵਾਲਾ ਹੈ ਔਰ ਐਸਾ ਬੱਚਾ ਨਸੀਬਾ ਨਹੀਂ ਐਸਾ ਬਾਤ ਬੱਚਾ ਤੂੰ ਜ਼ਿੰਦਗੀ ਚ ਨਹੀਂ ਵੇਖਿਆ ਹੋਏਗਾ ਮਾਂ ਖਲੋਤੀ ਏ ਆਪ ਬੈਠਾ ਇਹਦੇ ਅਦਬ ਦਾ ਅੰਦਾਜ਼ਾ ਤੇ ਤੂੰ ਲਾ ਹੀ ਸਕਦੀ ਏ ਤੇ ਇਹ ਮੇਰੇ ਖਾਵਨ ਨੇ ਤੇ ਤੇਰੇ ਨਾਲ ਸਵਾਲ ਕਰੀਏ ਜੀ ਤੀਨ ਪ੍ਰਸ਼ਨ ਹੋਣਗੇ ਆਪਕੇ ਸਾਥ ਓਕੇ ਔਰ ਆਪਨੇ ਤੀਨ ਪ੍ਰਸ਼ਨ ਕੇ ਸਹੀ ਤੀਨ ਉੱਤਰ ਦੇਣੇ ਹੈ ਅਗਰ ਆਪਨੇ ਹਮਾਰੇ ਤੀਨ ਪ੍ਰਸ਼ਨੋ ਕੇ ਸਹੀ ਤੀਨ ਉੱਤਰ ਦੇ ਦੀਏ ਤੋ ਕੇਵਲ ਹਮ ਚਾਰੋ ਆਪਕੋ ਇੱਕ ਪੁੱਤਰ ਦੇਂਗੇ ਹਾਂ ਅੰਮੀ ਵੀ ਵਿੱਚ ਹੋਏਗਾ ਹੋਏਗੀ 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 ਦੁਆਵਾਂ ਕਰਨ ਲਈ ਦੁਆਵਾਂ ਹੋਏ ਕਰੇਗੀ ਹਾਂਜੀ ਤੇ ਸਵਾਲ ਤੇਰਾ ਸਹੁਰਾ ਕਰੇਗਾ ਤੇਰੇ ਮੇਰੀ ਮਾਂ ਬਹੁਤ ਹੀ ਬਗੈਰਤ ਹੈਗਾ ਹਾਂਜੀ ਇਹ ਅੰਮੀ ਹੈ ਨਾ ਚਵੜਾ ਮਾਰਦਾ ਹੈ ਚਲੋ ਹੁਣ ਬੱਚੀ ਆ ਗਈ ਏ ਆ ਇੱਕ ਮਿੰਟ ਠਹਿਰੋ ਜ਼ਰਾ ਦੂਸਰੇ ਚ ਪਾ ਲਓ ਤੂੰ ਨਹੀਂ
ਦੁਨੀਆ ਦੀ ਪਹਿਲੀ ਔਰਤ ਹੈ ਜਿਹੜੀ ਤੀਜੇ ਚੋਂ ਕੱਢ ਕੇ ਦੂਜੇ ਚ ਪਾਣ ਡਈ ਹੈ। ਹੌਲੀ ਹੌਲੀ ਮੈਂ ਮੈਨੂੰ ਤੋ ਪਹਿਲਾ ਪ੍ਰਸ਼ਨ ਆਪਕੇ ਕੰਪਿਊਟਰ ਕੀ ਸਕਰੀਨ ਪੇ ਰਹਾ ਜੀ। ਆਪ ਮੁਝੇ ਯੇ ਬਤਾਈਏ ਕਿ ਆਪ ਕਹੀਂ ਗਾੜੀ ਪੇ ਜਾ ਰਹੀ ਹੋ, ਅਚਾਨਕ ਗਾੜੀ ਪੰਚਰ ਹੋ ਜਾਏ, ਕਿਆ ਕਰੋਗੇ? ਪੰਚਰ ਲਗਵਾਓਗੀ ਜਾਂ ਟਾਇਰ ਚੇਂਜ ਕਰਾਓਗੀ? ਮੈਂ ਸੋਚ ਕੇ ਜਵਾਬ ਦੇ ਕੀ ਹੈ। ਪੰਚਰਾਂ ਤੋਂ ਇਲਾਵਾ ਗੁਫ਼ਤਗੂ ਕਰੋ, ਕੋਈ ਅੱਛੀ ਗੱਲ। ਸਵਾਲ ਦੇ ਵਿੱਚ ਕੁੱਤੇ ਦੀਆਂ ਬੱਚਿਆ ਬਖੌਰੀਆਂ ਜਾਂ ਤੈਨੂੰ ਕੱਖ ਪਤਾ ਨਹੀਂ ਲੱਗਣ ਡਿਆ? ਬਖੌਰੀਆਂ ਨਹੀਂ ਬਖੌਰੀ ਜੀ। ਅਗਰ ਟਾਇਰ ਪੰਚਰ ਹੋ ਜੇ ਤਾਂ ਟਿਊਬ ਚੇਂਜ ਕਰਵਾਉਂਗੇ, ਅਗਰ ਪੰਚਰ ਲਗਵਾਉਣੇ ਬੈਠੀ ਤਾਂ ਟਾਈਮ ਵੇਸਟ ਹੋਗਾ। ਮਰਜ਼ੀ ਤੇਰੀ ਹੈ, ਲੇਕਿਨ ਅਗਰ ਤੂੰ ਪੰਚਰ ਲਗਵਾਏਂਗੀ ਤੇ ਮਜ਼ਾ ਹੋਰ ਆਏਗਾ, ਕਿਉਂਕਿ ਮਿਸਤਰੀ ਜਦੋਂ ਟਿਊਬ ਬਾਹਰ ਕੱਢ ਕੇ ਉਹਨੂੰ ਰਗੜਦਾ ਰਿੰਗ ਉਹਦੇ ਹੱਥ ਬਾਹਰ ਨਾ ਪਿੱਛੇ ਇਹਦੇ ਹੱਥਾਂ ਦੇ ਤੇਲ ਲਾ ਮਿੱਟੀ ਦਾ ਉਹਨੂੰ ਪਤਾ ਲੱਗੇ ਕਿਸੇ। ਆਹ ਯਾਦ ਔਰਤ, ਇਹ ਅੰਮੀ ਔਰਤ ਨੂੰ ਤਾਂ ਜਗ੍ਹਾ ਜਗ੍ਹਾ ਤੋਂ ਪੈਂਚਰ ਲੱਗੇ ਨੇ। ਅੰਮੀ ਦੇ ਤੇ ਇੱਕ ਇੱਕ ਪੈਂਚਰ ਨੂੰ ਪੌਣਾ ਪੌਣਾ ਕਿਲੋ ਸ਼ਲੋਸ਼ਨ ਲੱਗਦੀ ਸੀ। ਤੇ ਪੁੱਤਰ ਵੇਖ ਲਓ ਫਿਰ ਬੱਚਾ ਵੀ ਕਿਹੋ ਜਿਹਾ ਜੰਮਿਆ। ਮੈਂ ਸ਼ਲੋਸ਼ਨ ਤੇ ਆਪੇ ਹੀ ਬਹੁਤਾ ਲੱਗਣਾ, ਅੰਮੀ ਨੂੰ ਫਿਰਦਾ ਵੀ ਤਾਂ ਕੇਲੇ ਨਾ। ਅਰੇ ਦੁਨੀਆ ਚ ਕਿੰਨਾ ਗੱਲ ਹੈ ਨਾ। ਇਹ ਕੌਣ ਹੈ ਅੰਕਲ? ਮੈਂ ਅੱਲਾ ਕੇ ਨਾਮ ਪੇ ਉਲਾ ਦਿੱਤਾ ਹੂੰ ਤੁਮੇ ਚਾਹੀਏ। ਜਨਨ ਨਹੀਂ ਹੈ। ਅੱਛਾ ਦੂਸਰਾ ਸਵਾਲ ਜੀ, ਆਪ ਆਪਣੇ ਦਰਵਾਜ਼ੇ ਮੇ ਖੜੀ ਹੈ। ਅੱਛਾ। ਔਰ ਆਪਕਾ ਹਸਬੈਂਡ ਦਰਵਾਜ਼ੇ ਕੇ ਬਾਹਰ ਖੜਾ ਹੈ। ਓਕੇ। ਅਚਾਨਕ ਆਂਧੀ ਆ ਜਾਏ, ਕਿਆ ਕਰੋਗੀ? ਦਰਵਾਜ਼ਾ ਬੰਦ ਕਰੋਗੀ ਜਾਂ ਇਸਕੀ ਦੋਤੀ ਠੀਕ ਕਰੋਗੀ? ਮੇਰੀ ਸ਼ਾਦੀ ਕਰ ਰਹੇ ਹੋ ਕਿ ਮੈਨੂੰ ਨੰਗਿਆਂ ਕਰ ਰਹੇ ਹੋ? ਦੋਤੀ ਕਦੇ ਉਡਾ ਰਹੇ ਹੋ? ਹਾਂ, ਦੋਤੀ ਉੱਡ ਜਾਏ ਤਾਂ ਦਰਵਾਜ਼ਾ ਬੰਦ ਕਰ ਲੂੰਗੀ ਨਾ। ਸ਼ਰਮਾ ਲਈ, ਲੇਕਿਨ ਮੈਨੂੰ ਤੇਰੇ ਮੂੰਹ ਤੋਂ ਲੱਗਦਾ ਇੱਕ ਵਾਰੀ ਵੇਖੇਂਗੀ ਜ਼ਰੂਰ। ਸ਼ਰਾਰਤੀ ਅੰਕਲ, ਦੇਖੇ ਆਪ ਵੀ ਸੱਚੀ ਹੈ, ਮੈਂ ਕਿਆ ਕਰੂੰ? ਤੀਸਰਾ ਪ੍ਰਸ਼ਨ ਇਹ ਨਹੀਂ ਕਰੀ ਜਾਂਦਾ, ਫਿਰ ਮੇਰੀ ਮਮਤਾ ਜਾਗ ਜਾਂਦੀ ਹੈ। ਤੀਸਰਾ ਸਵਾਲ ਜੀ, ਆਪ ਕਿਸੀ ਰੈਸਟੋਰੈਂਟ ਮੇ ਜਾਤੀ ਹੈ। ਅੱਛਾ। ਔਰ ਵੇਟਰ ਆਪਕੇ ਸਾਹਮਣੇ ਖਾਣੇ ਪੀਣੇ ਕੀ ਚੀਜ਼ੋਂ ਕੀ ਬਜਾਏ ਇੱਕ ਕੇਲਾ ਔਰ ਕਿੰਨੂ ਰੱਖ ਦੇਤਾ ਹੈ, ਆਪ ਕਿਆ ਖਾਓਗੀ? ਇਹ ਕਿਹੜਾ ਰੈਸਟੋਰੈਂਟ ਹੈ ਜਿਹਦੇ ਬੜੀ ਹੈ ਅਤੇ ਅਗਲੇ ਨੇ ਕੇਲਾ ਹੀ ਰੱਖ ਦਿੱਤਾ? ਕੀ ਉੱਥੇ ਕੇਲੇ ਗੋਸ਼ ਬਣਿਆ? ਉਹ ਕਹਿਣਗੇ ਜੀ ਅਕੇਲੇ ਗੋਸ਼ ਬਣਿਆ, ਬੱਚੇ ਧਿਆਨ ਨਾਲ ਲੱਗ ਲਾਈ ਕੇਲਾ ਤੱਤਾ ਹੈ। ਕੇਲਾ ਤੱਤਾ 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 ਜੀ, ਕੇਲਾ ਖਾ ਲੂੰ। ਓਕੇ, ਲੇਕਿਨ ਧਿਆਨ ਰਹੇ। ਹਾਂ, ਜਿਤਰੀ ਵਾਲਾ ਨਾ ਹੋਵੇ। ਵੈਰੀ ਗੁੱਡ, ਤੂੰ ਤਿੰਨਾਂ ਸਵਾਲਾਂ ਦੇ ਜਵਾਬ ਬਹੁਤ ਅੱਛੇ ਦਿੱਤੇ ਨੇ। ਆ ਜਵਾਬ ਆਪਕੀ ਸਕੈਨਿੰਗ ਹੋ ਗਈ। ਹਾਂਜੀ, ਜਿਹੜੇ ਨਸੀਬ ਕੀ ਹੋ ਜਾਣ, ਨਸੀਬ ਦੱਸੇਗਾ ਹਾਜੀ ਸਾਹਿਬ, ਨਸੀਬ ਦੱਸੇਗਾ। ਦੋ ਮਹੀਨੇ ਬਾਅਦ ਆਪਣਾ ਹੈਲੀਪੈਡ, ਫਿਰ ਅੰਮੀ ਦਾ ਹੀ ਕਰਾ ਦਿਓ। ਲੇਕਿਨ ਸਵਾ ਦੋ ਮਹੀਨੇ ਬਾਅਦ ਇਹਦੇ ਹਸਬੈਂਡ ਨੂੰ ਕੈਂਸਰ ਹੋ ਜਾਏਗਾ, ਇਹਦਾ ਹੀ ਕਰਾਓ। ਨਹੀਂ ਨਹੀਂ, ਕਿਸੇ ਹੋਰ ਦਾ ਕਰਾ ਦਿਓ, ਮੇਰੀ ਹਾਲੀ ਉਮਰ ਹੀ ਨਹੀਂ ਹੈ ਭਾਈ ਜੀ। ਸਵਾ ਦੋ ਮਹੀਨੇ ਬਾਅਦ ਕੈਂਸਰ, ਉਸ ਤੋਂ ਬਾਅਦ ਬੰਦਾ ਫਾਰਗ, ਲੇਕਿਨ ਉਸ ਤੋਂ ਬਾਅਦ ਜਦੋਂ ਦੂਸਰੇ ਬੰਦੇ ਨਾਲ ਸ਼ਾਦੀ ਕਰੇਗੀ ਉਹ ਸਾਰੀਆਂ ਚੀਜ਼ਾਂ ਉਹ ਯੂਟੀਲਾਈਜ਼ ਕਰੇਗਾ। ਅਸੀਂ ਕੋਈ ਵੈਸੇ ਕੋਈ ਹੋਰ ਲੱਭ ਲੈਂਦੇ ਹਾਂ, ਜ਼ਰੂਰ ਖੱਜਲ ਹੋਣਾ। ਬੇਟਾ ਘਬਰਾ ਕਿਉਂ ਰਹੇ ਆ, ਇਹਦੇ ਉਪਾਅ ਵੀ ਹੈ ਨੇ। ਹਲ ਤੇ ਹਲ ਉਸ ਤਾਂ ਨਹੀਂ ਸਕਦੇ ਨਾ। ਆਪ ਅੰਦਰ ਕੁਛ ਰੱਖੀਏ। 3 ਮਹੀਨੇ ਦਾ ਮਸਲਾ ਤੇ 3 ਮਹੀਨੇ ਮੈਨੂੰ ਦੇ ਦਿਓ ਤੇ ਕੈਂਸਰ ਤੇ ਕਿਉਂ ਨਾ ਕਰਾਵਾਂ? ਉਹ ਮੈਨੂੰ ਬਵੇ ਫਾਰਜ ਕਰਾ ਦੇ, ਮੈਨੂੰ ਆ ਦੇ ਦੋ। ਦੂਜੀ ਚ ਨੰਨੀ ਹੋਈ ਦੱਸ ਨਹੀਂ ਸਕਦਾ।
ਹੁਣ ਖਾ ਤੂੰ ਆ ਗਈ ਆ ਜਾ ਨਹੀਂ ਕੁੜੀਏ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਫਰਈਆ ਹਟ ਜਾ ਹਟ ਜਾ ਹਟ ਜਾ ਸਾਰਿਆਂ ਦਾ ਤੂੰ ਹੀ ਠੇਕਾ ਲਿਆ ਬਗੈਰ ਤੇ ਅਸਲਾਮ ਅਲੈਕੁਮ ਉਹ ਮੇਰੀ ਵੀ ਬਪਤਾ ਜਾਗ ਪਈ कैसी हो बेटा हाय मॉम 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 मां ठीक है मां है अरे मां जड़ी मिनटा च मां बना देंदी है जी थैंक यू कैसी हैं आप जी बिल्कुल ठीक अरे माशाल्लाह आपका नाम पिंकी किसने रखा मॉम डैड ने आपको पक्का पता है जाहिर है उन्होंने जब ये क्या था ओ सॉरी अब तो पसीने की लकीर आ रही थी मैं उन्हें रोकने की कोशिश की थी पिंडा जो तो तीरी कहते हैं ना तीरी जी तो आपका नाम पिंकी है जी नाम तो बड़ा प्यारा है माशाल्लाह थैंक यू चेंज करना आप जो मर्जी प्यार से कह लें अरे माशाल्लाह जिंदगी जिंदगी ये चुप नहीं जाने तन्नी ये कौन है हाँ ये हमने रखा हुआ है अच्छा तो आपसे पहला सवाल करूं जी अगर आपने सही उत्तर का अपना प्रश्न का सही उत्तर दे दिया जी तो ये मिलेगा आपको ये हाँ जी इलेक्ट्रो है पहला सवाल जी रख लो तुसी मेनू अल्लाह और देसी रख लो तुसी मैं अल्लाह को और मांग लांगा तुसी इजी हो जाओ कोई मसला नहीं जो थोड़ी सेटिंग जो होगी तो मैं आवे फिर रिपोर्ट कराओ दी ना करे कर दे चिल्ली आई हां जी पहला प्रश्न आपके साथ ये जी कि आपके घर में अचानक लाइट चली जाए ओके आप क्या करोगी मोमबत्ती जलाओगी जनरेटर ऑन करोगी या यूपीएस जी जनरेटर ऑन करोगी अच्छी गल है क्योंकि जनरेटर की आवाज बड़ी मजेदार होती है ना जिले चलता ना डग 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 मेहनत जो बंद होता है ना पेट्रोल मुकदा उदो बड़ा मजा आता है बा 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 तो दूसरा सवाल आपके साथ जी आप कहीं गली में जा रही हो जी और अचानक आपको कुत्ता काटने के लिए आए तो आप क्या करोगी मतलब आप जा रही हो और कुत्ता काटने के लिए आए हैदराबाद अच्छा कौन गलो आके अच्छा वो आपने हमें शेर समझा तो क्या करोगी आप मैं कुत्ता काटने के लिए आई तो लेकिन पहले कुत्ता देख लो क्योंकि कोई कुत्ती हरकत ना करे वो जी मैं भाग जाऊं शाबाश भाग जाना चाहिए क्योंकि पता क्या है कुछ लोग कहते हैं कि बैठ जाना चाहिए अच्छा मैंने एक सियाने ने कहा कुत्ता पौंके ते बैठ जा मैं बैठ गया मैं बैठा तो कुत्ता भी मेरे नाल ही बैठ गया शक पे उठ गया कॉन्शियस होके फिर बह गया भाई ही रह गया फिर साडे को दो कुत्ते रे जी एक है जरा इस तरह भौंकदा एक है कुत्ता यो कुत्ता जरा दरवाजे च बैठ जांदा जिन्नी हुई वेरी गुड अच्छा जवाब दिया तीसरा सवाल जी आप किसी के घर में मेहमान जाती हैं वो बोतल चाय जूस के बजाय आपके सामने लंगड़ा आम रख देते हैं तो क्या करो पहली कुड़ी नु केला दूसरी नु अंब ओ तू माली दा मुंडा तो नहीं है ए फ्रूट तो अलावा कोई ओनु ग्रेट फ्रूट भी खरा ग्रेट फ्रूट जी क्या करो क्योंकि लंगड़ा हैगा पुत्र ध्यान दे आम मजदूर हैगा मजदूर आम लंगड़ा में कड़ा आम मजदूर है तो फिर रेडी तो क्यों पाया
जाएगा फिर बेचारा। तंबी में सली टेक्निकल बड़ी है कितने? अच्छा क्या करोगी? जी मैं उसको पहले उठाऊंगी। उठाऊंगी आम सुता पे है? आम सुता है उन्हें रात लाई है। जी मैं उसको उठाऊंगी। आम को उठाओगी कि आम उठ जा जिन्दा नहीं है ये। बाबा सब नहीं आई है। दाल का स्वाद आएगा, दाल खाएगा पानी का स्वाद आएगा, पानी पिएगा तो आप समझ जा कादा स्वाद आएगा। मेनू आ भी गया खरबूजे दा, फिक्के खरबूजे दा, लेकिन एदे उपाय है ने। अच्छा हल है कोई? ए नाल दिया नूस्ता टल सकदियां किवें? कुछ सदके ने ते सदके देंगा देने ने बेटा लेने ने तुके देर वाला तेरा मुंह है ही नहीं देंगा भी किसने लेने ने। ए भी गल सही। मल्ले चला जा, गली चला जा, जा जाके लोकां कोलों मांग अपने पीके इधर भी मेनू की बबरा ला फड़ाता आओ जी जो शादी
ਉੱਤੇ ਮੈਨੂੰ ਵੀ ਆਪਣੀ ਫੁੱਫੀ ਸ਼ੋਅ ਕੀਤਾ ਸੀ। ਇਹ ਸਭ ਕੀ ਹੈ ਖੁਦਾਇਆ, ਕੁਝ ਤਾਂ ਸ਼ਰਮ ਕੀ ਹੋਇਆ, ਮੇਰੇ ਵਾਲ ਪੁੱਟ ਦਿੱਤੇ। बीके, तुम जो कुछ कर रहे हो ना वो ठीक नहीं कर रहे हो, इसका अंजाम बहुत बुरा होगा। ये कौन है? ये इटली का सफाई है। कुछ बोलो, गुस्सा करो। मैंने आपकी वजह से कहा था, मैंने कहा था, वार्न किया था ना कि ये सुधरने वाले नहीं है, देखे कितना गलत कर रहे हैं मेरी आंखों के सामने। ए ये सरदा, अब एक ना दो में ले लिया तू, ए भी ले लिया तू, ओ भी ले लिया, ओ दुम्बा जी भी पीछे नहीं करेगा, गुनाह है अंदर।